ਸਸਿਕਾਲ ਜੀ ਗੁਰੂ ਗੋਬਿੰਦ ਸਿੰਘ ਤੇਰੇ ਦਿਲ ਵਰਗਾ ਕਿੱਥੋਂ ਕੋਈ ਦਿਲ ਲਿਆਵੇਗਾ ਰੱਖਣ ਲਈ ਮਾਣ ਯਤੀਮਾਂ ਦਾ ਖੁਦ ਕੌਣ ਯਤੀਮ ਕਹਾਵੇਗਾ ਦੁਨੀਆ ਆਪਣੇ ਲਾਲਾਂ ਦੇ ਸਿਰਾਂ ਤੋਂ ਭਰ ਭਰ ਮੋਤੀ ਥਾਲ ਵਾਰੇ ਹੈ ਪਰ ਗੁਰੂ ਗੋਬਿੰਦ ਸਿੰਘ ਤੇਰਾ ਧੰਨ ਜਿਗਰਾ ਜਿਹਨੇ ਦੇਸ਼ ਦੇ ਲਾਲਾਂ ਤੋਂ ਲਾਲ ਵਾਰੇ ਐਸੀ ਅਦੁੱਤੀ ਸ਼ਹਾਦਤ ਦੁਨੀਆ 'ਚ ਹੋਰ ਕਿਤੇ ਨਹੀਂ ਮਿਲੇਗੀ ਕਿ 7 ਸਾਲ ਤੇ 9 ਸਾਲ ਦੇ 2 ਬਾਲ ਆਪਣੇ ਸਿਦਕ ਆਪਣੇ ਸਿਰੜ ਤੇ ਪਹਿਰਾ ਦਿੰਦੇ ਹੋਏ ਵੱਡੀਆਂ ਵੱਡੀਆਂ ਹਕੂਮਤਾਂ ਦੇ ਸਾਹਮਣੇ ਹਿਕਾ ਕੇ ਅੜ ਗਏ। ਅੱਜ ਸਾਡੀਆਂ ਦਸਤਾਰਾਂ ਸਾਡੀਆਂ ਸ਼ਾਨਾਂ ਉਹਨਾਂ ਦੇ ਸਿਰੜ ਦੇ ਉੱਤੇ ਟਿਕੀਆਂ ਹੋਈਆਂ। ਸੋ ਛੋਟੇ ਸਾਹਿਬਜ਼ਾਦਿਆਂ ਦੀ ਰੱਤ ਦੇ ਨਾਲ ਰੰਗੀ ਹੋਈ ਹੈ ਧਰਤੀ ਜਿਹਨੂੰ ਅਸੀਂ ਫਤਿਹਗੜ੍ਹ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਇਹ ਆਪਣੇ ਆਪ ਦੇ ਵਿੱਚ ਦੁਨੀਆ ਦੀ ਇੱਕ ਨਿਵੇਕਲੀ ਥਾਂ ਹੈ ਔਰ ਕਿਹਾ ਜਾਂਦਾ ਕਿ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਹੋਇਆ ਸੀ ਉਹ ਧਰਤੀ ਦੀ ਸਭ ਤੋਂ ਮਹਿੰਗੀ ਥਾਂ ਹੈ। ਸੋਨੇ ਦੀਆਂ ਅਸ਼ਰਫੀਆਂ ਦੇ ਨਾਲ ਖਰੀਦੀ ਗਈ ਉਹ ਧਰਤੀ ਅਸ਼ਰਫੀਆਂ ਵੀ ਆਟੇ ਰੁੱਕ ਰੱਖ ਕੇ ਉਸ ਸ਼ਹਾਦਤ ਨੂੰ ਇੱਕ ਸਜਦਾ ਸੀ ਉਹਨਾਂ ਦੇ ਇੱਕ ਅਨੁਯਾਈ ਦੀਵਾਨ ਟੋਡਰ ਮੱਲ ਹੋਣਾ ਦਾ। ਉਸ ਤੋਂ ਬਾਅਦ ਇਸ ਪੰਥ ਨੇ ਇਸ ਕੌਮ ਨੇ ਹਮੇਸ਼ਾ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜੀ ਕਹਿ ਕੇ ਬੁਲਾਇਆ। ਸੋ ਇਸ ਛੋਟੀ ਉਮਰ ਦੇ 2 ਬਾਬੇ ਆਪਣੇ ਆਪ ਦੇ ਵਿੱਚ ਇੱਕ ਦੁਨੀਆ ਦੇ ਵਿੱਚ ਅਲੱਗ ਮਿਸਾਲ ਕਾਇਮ ਕਰਕੇ ਗਏ ਅਤੇ ਮੈਨੂੰ ਫਖਰ ਹੈ ਕਿ ਅਸੀਂ ਇੱਕ ਫਿਲਮ ਬਣਾਈ ਹੈ ਦਾਸਤਾਨੇ ਸਰਹੰਦ ਉਹਨੂੰ ਉਸ ਸਮੇਂ ਦੇ ਨਾਲ ਅਤੇ ਅੱਜ ਦੇ ਕੰਟੈਂਪਰੇਰੀ ਸਮੇਂ ਦੇ ਨਾਲ ਜੋੜ ਕੇ ਅਸੀਂ ਕੁਝ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। 2 ਦਸੰਬਰ ਨੂੰ ਫਿਲਮ ਸਾਡੀ ਰਿਲੀਜ਼ ਹੋ ਰਹੀ ਹੈ ਔਰ 12 ਨਵੰਬਰ ਨੂੰ ਉਸ ਫਿਲਮ ਦਾ ਟ੍ਰੇਲਰ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ 12 ਨਵੰਬਰ ਨੂੰ ਸਾਡਾ ਰਿਲੀਜ਼ ਹੋਣ ਵਾਲਾ ਟ੍ਰੇਲਰ ਜਿਹੜਾ ਇਹਨੂੰ ਤੁਸੀਂ ਆਪ ਵੀ ਦੇਖੋ ਹੋਰਾਂ ਦੇ ਨਾਲ ਵੀ ਸ਼ੇਅਰ ਕਰੋ ਔਰ 2 ਦਸੰਬਰ ਨੂੰ ਸਿਨੇਮਾ ਹਾਲਸ ਦੇ ਵਿੱਚ ਜਾ ਕੇ ਇਹ ਫਿਲਮ ਦੇਖ ਕੇ ਜਿੱਥੇ ਫਿਲਮ ਦਾ ਆਨੰਦ ਲਓਗੇ ਉੱਥੇ ਤੁਸੀਂ ਇੱਕ ਤਰ੍ਹਾਂ ਦੇ ਨਾਲ ਇਸ ਅਦੁੱਤੀ ਸ਼ਹਾਦਤ ਨੂੰ ਆਪਣਾ ਸਜਦਾ ਵੀ ਕਰੋਗੇ। ਸੋ ਮੇਰੀ ਬੇਨਤੀ ਹੈ ਕਿ ਸਾਡੀ ਇਹ ਫਿਲਮ ਦਾਸਤਾਨੇ ਸਰਹੰਦ ਅਸੀਂ ਬਹੁਤ ਸ਼ਿੱਦਤ ਔਰ ਮਿਹਨਤ ਨਾਲ ਬਣਾਈ ਹੈ ਉਹਨੂੰ ਉਡੀਕ ਹੈ ਤੁਹਾਡੇ ਪਿਆਰ ਦੀ। ਬਹੁਤ ਸ਼ੁਕਰੀਆ।